ਗੱਲਬਾਤ ਬਾਬੇ ਐਂਡ ਕਰਾਉਣੀ ਆਪਾਂ। ਸਾਲਾ ਪਤਾ ਲੱਗ ਜੇ ਦੁਨੀਆਂ ਨੂੰ ਕਿ ਆਏ ਆ ਧਰਤੀ ਤੇ ਰਾਜ ਕਰਨਾ। ਰਾਜ ਬ੍ਰੈਡਾਂ ਤੇ ਜੈਮ ਲਾ ਕੇ ਖਾਣ ਵਾਲੇ ਨਾ ਸਮਝੀ, ਤੜਕੇ ਚਾ ਕੰਗਣੀ ਤਾਂ ਗਲਾਸ ਭਰ ਕੇ ਪੀਤੀ ਹੈ ਤਾਂ ਕਰਕੇ ਤੁਸੀਂ ਤੱਤੀ ਹੈ, ਤੇ ਠੰਡੀ ਗੂੰਦ ਕਤੀਰਾ ਪੀ ਕੇ ਨਹੀਂ ਤੁਹਾਡੇ ਵਰਗੇ ਦੀਆਂ ਚੀਕਾਂ ਕਢਾ ਕੇ ਹੋਣੀਆਂ। ਡੰਡਾ ਕੱਟ ਤਾਂ ਸਿਰੇ ਦਾ ਜੱਗ ਫੈਨ ਬਣ ਗਿਆ ਯਾਰ, ਸ਼ੁਰੂ ਤੋਂ ਹੀ ਮਾਫੀਆ ਦਾ ਮੈਨ ਬਣ ਗਿਆ। ਸਾਲਿਆ ਅੰਨਾ ਦੇਖਦਾ ਨਹੀਂ ਨਵੀਂ ਗੱਡੀ ਚਲਦੀ ਮੇਰੀ, ਸਵਾਦ ਨਹੀਂ ਆਇਆ, ਇੱਕ ਹੋਰ ਮਾਰੇਗਾ। ਲੱਕੜ ਦੇ ਬਾਲੇ ਵਰਗਾ ਤੇਰਾ ਸਰੀਰ ਆ, ਆਕੜ ਦੇਖ ਲੈ ਕਿੰਨੀ ਚੱਕੇ ਫਿਰਦਾ। ਲੱਕੜ ਦੇ ਬਾਲਿਆਂ ਤੇ ਪੁੱਤ ਘਰਾਂ ਦੀਆਂ ਛੱਤਾਂ ਟਿਕੀਆਂ ਹੁੰਦੀਆਂ, ਬੰਦਾ ਮਰਨ ਲਈ ਸਰੀਰ ਨਹੀਂ ਜਿਗਰਾ ਚਾਹੀਦਾ। ਝੂਟ ਦਾ ਆਟਰ ਹੋ ਗਿਆ ਨੀ ਉਹ ਤੇਰੇ ਯਾਰ ਨੂੰ ਪਤਲੀਏ ਨਾਰੇ, ਝੂਟ ਦਾ ਆਟਰ। ਪੂਰੀ ਬਾਸਤ ਵਾਲੀ ਫੀਲ ਆਈ ਜਾਂਦੀ ਓਏ ਜਮਾ ਸੰਜੂ ਵਾਲੀ। ਉਹ ਤਾਂ ਸਾਹਮਣੇ ਦੇਖ ਕੇ ਗੱਡੀ ਚਲਾ, ਐਵੇਂ ਨਾ ਇੱਥੇ ਮਾਰੀ ਕਾਹੇ ਚ। ਠੀਕ ਚਲਾਉਣਾ 50 ਤੋਲਾ 50 ਤੋਲਾ ਬਾਈ, ਆਪਣੀ ਵੀ ਕਿਸੇ ਦਿਨ ਭੀਮੇ ਬਾਈ ਜਿੰਨੀ ਚੜਾਈ ਹੋਊਗੀ, ਇਹ ਤੋਂ ਜ਼ਿਆਦਾ ਹੀ ਹੋਊਗੀ। ਬਾਈ ਸੁੱਚਾ ਆਪਾਂ ਨੂੰ ਕ੍ਰੋਸ ਕਰਨ ਨੂੰ ਫਿਰਦਾ, ਮਤਲਬ ਸਾਡੇ ਹੱਥਾਂ ਤੇ ਬਹਿ ਕੇ ਚੋਕ ਚੁਗਣ ਵਾਲਾ ਕਬੂਤਰ ਹੁਣ ਬਾਜ ਬਣਨ ਨੂੰ ਫਿਰਦਾ। ਓ ਬੱਲੇ ਸੁੱਚਾ ਦਾ ਗੈਂਗਸਟਰ ਹੈ ਸਾਲਿਆ, ਗਲਤੀ ਨਾਲ ਵਾਪਸ ਨਾ ਮੁੜਾਈ, ਮਾਰ ਮਾਰ ਕੇ ਛਿੱਤਰ ਟਮਾਟਰ ਵਰਗੀ ਕਰ ਦਾਂਗੇ। ਜਦੋਂ ਸ਼ਿਕਾਰ ਕਰਨਾ ਹੋਵੇ ਨਾ ਤਾਂ ਜੰਗਲ ਵੜਨ ਤੋਂ ਪਹਿਲਾਂ ਤਾੜੀ ਮਾਰ ਕੇ ਚੈੱਕ ਕਰ ਲਈਦਾ ਵੀ ਅੰਦਰ ਜਾਨਵਰ ਕਿਹੜਾ ਕਿਹੜਾ ਬੈਠਾ। ਗੁੱਡ ਮਾਰਨਿੰਗ। ਪੁਲਿਸ ਮੁਤਾਬਕ ਇਸ ਕਤਲ ਪਿੱਛੇ ਵੀ ਸੁੱਚੇ ਦਾ ਹੱਥ ਹੈ। ਉਹ ਲੱਭ ਲਓ ਯਾਰ ਉਹਨੂੰ, ਐਡਾ ਕਿਹੜਾ ਸਾਲਾ ਮਿਸਟਰੀ ਇੰਡੀਆ ਵੀ ਗਾਇਬ ਹੀ ਹੋ ਗਿਆ। ਨਾ ਤੇਰਾ ਫੋਨ ਲੱਗਦਾ ਹੈ ਨਾ ਤੂੰ ਮਿਲਦਾ ਹੈ, ਪਗੋੜਾ ਹੋਇਆ ਫਿਰਦਾ, ਪਰ ਮੈਂ ਤੇਰੇ ਬਿਨਾਂ ਜੀ ਨਹੀਂ ਸਕਦੀ। ਇਹ ਗੱਲ ਨਾ ਕਰਦੇ ਸਮਝਦੇ ਨਾ ਤੂੰ ਸਮਝਦਾ। ਕਿਹੜੀ ਰਾਹ ਤੇ ਪੈ ਗਏ, ਉਹ ਇਸ ਰਾਹ ਤੇ ਸਿਰਫ ਮੌਤ ਹੈ ਯਾਰ। ਭਾਈ ਮੈਂ ਸਮਝਦਾ ਤੇਰੀ ਗੱਲ, ਪਰ ਜਿਹੜੇ ਰਾਹ ਤੇ ਮੈਂ ਤੁਰ ਪਿਆ ਨਾ ਇਹ ਰਾਹ ਬਸ ਅੱਗੇ ਨੂੰ ਜਾਂਦਾ, ਪਿੱਛੇ ਨੂੰ ਨਹੀਂ ਮੁੜਿਆ ਜਾਂਦਾ। ਕਬੂਤਰ ਸਾਲਾ ਸੱਚਿਓ ਬਾਜ ਬਣ ਗਿਆ, ਜੇ ਮੈਂ ਹੱਥ ਫੜ ਕੇ ਖੜਾ ਕਰਨਾ ਜਾਣਦਾ ਨਾ ਤੇ ਸਿਰ ਦੱਬ ਕੇ ਬਿਠਾਉਣਾ ਵੀ ਜਾਣਦਾ। ਇਹ ਲੜਾਈ ਹੁਣ ਸਿਰਫ ਲੜਾਈ ਨਹੀਂ ਜੰਗ ਬਣ ਗਈ ਆ, ਤੇ ਜੰਗ ਹੁਣ ਆਪਾਂ ਹੀ ਜਿੱਤਣੀ। ਬਾਬਾ ਭਲੀ ਕਰੇ।